ਸਾਰੇ ਲੱਗੇ ਆ ਪਰਨੇ ਬੰਨੇ ਗੋਲ ਗੋਲ ਤੇ ਪਰਨੇ ਦੇ ਉੱਤੇ ਫੇਰ ਕੋ ਬੰਦੇ ਪਰਨੇ ਬੰਨੇ ਆਏ ਜਾਏ ਬਲੌਗਰਾ ਓਏ ਹੋ ਗਿਆ ਰੇ ਮੁੰਡੇ ਸੋ ਯਾਰ ਚੱਲੇ ਹੁਣ ਆਪਾਂ ਜਵਾਨ ਟੋਡਰ ਮਲ ਦੀ ਹਵੇਲੀ ਵੇਖਣ ਸੋ ਹੇ ਗਾਇਸ ਰਾਣਾ ਰੁਕੇ ਹਾਂ ਗੁਰਦੁਆਰਾ ਸ੍ਰੀ ਰਾਣਾ ਸਾਹਿਬ ਤੁਸੀਂ ਪਿੱਛੇ ਵੇਖ ਸਕਦੇ ਜੇ ਤੇ ਹੁਣ ਤਿਆਰ ਤਿਆਰ ਹੋ ਗਏ ਪਰਨਾ ਪੁਰਨਾ ਬੰਨ ਲਿਆ ਵਾ ਤਾਂ ਫੇਰ ਚੱਲੇ ਹਾਂ ਫਿਲਹਾਲ ਤਾਂ ਚੱਲੇ ਲੱਭਣ ਉਹਨਾਂ ਨੂੰ दो तीन मुंडिया लैन चले हाँ कि ट्रक अपना रेडी चलीए तो जो चलते ना कहते ट्रक लगा ही तो चलो चलीए क्या गड्डी बह गए हाँ लगे तुरन धुप लग गई ना ताइयों सारे ने मूंह बन्ने देखो इन्हें सिर बन्ने ने मूंह बन्ने किदा घुंड कढ के बैठिया देवियां मुछा वालियां कहते टाणियां ते टाणियां आई जांदियां वा ते टाणियां टाणियां बची जांदियां ते गाइस सॉरी गाइस पहुंच गए यार अपन गुरुद्वारे नैक्सट गुरुद्वारे पहुँच गए तो हम आप जल पानी छकते हैं तो आ सीन की है मैंने नहीं पता लगन दिया की चीज़ है वर्तो बस शोर हो मैं शो आप आयो थले लभ गई बोतल पता नू सारी लस्सी पीना है तो गाइस मिलते हैं प्रशादा छकन तो बाद ही लो जी गाइस हुण असीं पहुंच गए हैं गुरुद्वारा श्री ज्योति स्वरूप साहिब ते टेकदे हैं मत्था अंदर आके सो गाइस मत्था तो मैं टेक लिया होया ते हुण मैं बैठा सिर्फ 10 मिनट ते फिर चलो चलते हैं बाहर भी वेखते हैं की माहौल चल रहा गुरुद्वारे का ਤੇ ਯਾਰ ਇਧਰਲੇ ਸਾਈਡ ਵੀ ਆਪਣਾ ਸਰੋਵਰ ਜਿਹਦੇ 'ਚ ਮੱਛੀਆਂ ਆ ਰਹੀਆਂ ਲੀ ਮੱਛੀ ਆਈ ਹੈ ਖਾਈ ਹੈ ਸਾਰੇ ਉੱਥੇ ਭਰੀ ਹੁੰਦੀ ਹੈ ਉਤਲੀ ਬੜੀ ਦੀ ਘੱਟ ਬਣੀ ਜੀ ਮੈਂ ਮਗਰ ਤਰੀ ਹੋਣਾ ਜੀ ਮਗਰ ਆਈ ਜਾਂਦੀ ते गाइस हुण चलदे आं फिर अगले गुरुद्वारे नूं ते चलो चलदे आं हेलो हेलो पहुंच गए लो जी आओ जी लो जी पहुंच गए हां जी आ चुको जी ते मारो छाना जी सो गाइस हुण आपां पहुंच गए आं ठंडे बुरज जिथे दो साहिबजादियां नूं कैद कीता सी विद माता गुजरी नाल सो हम चलने हैं पूरा साहब दिन तो चलो चलते हैं फिर सो यार चले हूँ आप जवान टोडर मल की हवेली वेखन सो लो जी पहुँच गए तो आ चेक करो हवेली इदा दी कुछ लो जी चेक करो टोडर मल की हवेली तो आ लिखी हुई है कुछ चीज़ें पुरातन फर्श अच्छा मतलब इतने फर्श बनी होगी बॉडियां है अच्छा पौड़ियां मुख दरवाजे दे पिलर आड़े पिलर गया दिखने कंध जी चीने पिलर रहे जो चेक करो किन्नी किन्नी थले चल गई है मतलब मिट्टी वाले दौले किन्नी कवर हो गई अच्छा आ जी तहखाने
ਤੇ ਗਾਇਸ ਆ ਨੇ ਉਹ ਪ੍ਰਾਤਨ ਗਲਾਸ ਜਿਨ੍ਹਾਂ ਵਿੱਚੋਂ ਦੋਵਾਂ ਸਾਹਿਬਜ਼ਾਦਿਆਂ ਨੇ ਦੁੱਧ ਪੀਤਾ ਸੀ। ਲਓ ਜੀ ਬਾਈ ਸਾਰੇ ਲੈ ਤੇ ਗੋਲਗੱਪੇ ਖਾਣ ਤੇ ਮੈਂ ਵੀ ਖਾਣ ਲੱਗਾ ਜੀ। ਇਹ ਇੱਧਰ ਸਾਰੇ ਖਾਂਦੇ ਆ ਤੇ ਗੋਲਗੱਪਾ ਲੀਕ ਹੋ ਜਾਂਦਾ, ਖਾ ਲਈਏ ਲੀਕ ਨਾ ਹੋ ਜੇ। ਕਹਿੰਦੇ ਸਾਰੇ ਬੰਦੇ ਗੋਲਗੱਪੇ ਖਾਣਗੇ। ਆ ਵੀਰ ਆ ਵੀਰ ਪਵਨ ਐ ਐ ਵਧੀਆ ਟੇਸਟ, ਕਹਿੰਦੇ ਇੱਕ ਪਲੇਟ ਹੋਰ ਕਰ ਲਈ ਆ, ਹੁਣ ਨਜ਼ਾਰੇ ਨਾਲ ਖਾਣੇ ਗੋਲਗੱਪੇ। ਬਸ ਅੱਗ ਲਾ ਦੇਣੀ ਅੱਗ, ਕਾਹੋ ਕਾਹੋ। ਸੋ ਗਾਇਸ ਮਿਲਦੇ ਆ ਗੋਲਗੱਪੇ ਖਾਣ ਤੋਂ ਬਾਅਦ ਹੀ ਤੇ ਓਕੇ ਠੀਕ ਹੈ। ਤੋ ਲਓ ਜੀ ਗੋਲਗੱਪੇ ਖਾਣ ਤੋਂ ਬਾਅਦ ਹੁਣ ਜਲੇਬਾ ਦਾ ਲੱਗਾ ਵਾ ਆਪਣਾ ਲੰਗਰ, ਸਾਰੇ ਖਾਂਦੇ ਆ ਇੰਜੋਇਮੈਂਟ ਕਰਦੇ ਆ ਤੇ ਆਪਾਂ ਨੂੰ ਵੀ ਮਿਲ ਗਿਆ ਇੱਕ ਪੀਸ, ਆਪਾਂ ਵੀ ਖਾਂਦੇ ਹੁਣ। ਸੋ ਹੁਣ ਚੱਲੇ ਹੱਥ ਧੋਣ, ਕਿਉਂਕਿ ਜਲੇਬਾ ਨਾਲ ਲਿਬੜ ਕੇ ਤੁਸੀਂ ਦੇ ਸਕਦੇ ਹੈਗੇ ਕਿੱਦਾਂ ਦੇ ਹੈਗੇ ਆ ਤੇ ਸਾਰੇ ਨਲਕੇ ਭੱਜੇ ਆਉਂਦੇ ਜੀ। ਗੇੜ ਦੇ ਨਲਕਾ ਜਾਣੇ ਕਿੱਧਰ ਤੁਰਿਆ ਨਾ ਮਾਮਾ, ਦੇਤਾ ਹੁਣ ਮੈਨੂੰ ਪੀਓ ਪਾਣੀ ਤੇ ਨਹਾਓ ਤੋ ਪਾਣੀ ਵਾਲਾ ਤੇ ਨਿਕਲ ਜਾਣਾ ਓਏ ਉਹ ਪੈਰ ਤੇ ਪਾਈ ਜਾਣਾ, ਮੈਂ ਪਾਣੀ ਵਾਲਾ ਸਹੀ ਨਿਕਲ ਜਾਣਾ ਮੋਟਰਾਂ ਨੂੰ। ਵੈਸੇ ਹੁਣ ਮਾਰਕੀਟ ਵਾਲਾ ਆਏ ਆ ਤੇ ਰੁਮਾਲ ਯਾਰ ਚੈੱਕ ਕਰੋ ਵੇਖੋ ਕਿੰਨੇ ਸੋਹਣੇ ਸੋਹਣੇ ਰੁਮਾਲ ਆ ਮੁੰਡਿਆਂ ਲਈ। ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਅਜਾਇਬ ਘਰ ਇੱਥੋਂ ਦਾ ਹੀ ਤੇ ਮਤਲਬ ਤੁਸੀਂ ਵੇਖ ਸਕਦੇ ਤੇ ਆਹ ਇੱਦਾਂ ਕੋਈ ਤੁਹਾਨੂੰ ਦਿਖਾ ਦੇਣਾ ਦੋ ਤਿੰਨ ਪਿਕਚਰਾਂ ਅਜਾਇਬ ਘਰ ਦੀਆਂ ਤੇ ਚਲੋ ਜੀ ਬਸ। ਇਹ ਗਾਇਸ ਹੁਣ ਗੱਡੀ ਟਰੱਕ 'ਚ ਬਹਿ ਗਏ ਸਾਰੇ ਜਣੇ, ਅਸੀਂ ਚੱਲ ਜੀ ਆਹ ਵੀ ਆਪਣੇ ਨਾਲ ਹੀ ਆ, ਤੁਸੀਂ ਵੇਖ ਸਕਦੇ ਇੱਧਰਲੇ ਇਹਨੂੰ ਕੀ ਕਹਿੰਦੇ ਆ ਏਰੀ ਨੂੰ ਕਹਿੰਦੇ ਆ ਇਹਨੂੰ ਟੂਲ, ਹਾਂ ਟੂਲ ਸਾਰੇ ਬੈਠੇ ਆ ਤੇ ਅਗਰ ਸਾਰੇ ਬੈਠੇ ਹੋਏ ਵੇਖ ਲਓ ਐਨਕ ਕਿੱਥੇ ਆ ਐਨਕ ਹਾਪੀਆਂ ਲੱਗ ਜਾਣ ਐਨਕ ਐਨਕ ਲਾ 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 ਕੇ ਵਿਖਾ ਲਾ ਕੇ ਵਿਖਾ ਗੁਰੂ ਆ ਉਹ ਕੰਬਲ ਕੁੱਟ ਹੋ ਗਈ ਜੇ ਕੰਬਲ ਕੁੱਟ ਹੋ ਗਈ ਜੇ ਸਾਰੇ ਟਰਾਲੀ ਬਹਿ ਗਏ ਆਪਣੇ ਭੈਣ ਭਰਾ ਸਾਰੇ ਤੇ ਮੋਬਾਈਲਾਂ ਦੇ ਲੱਗੇ ਆ ਪਰਨੇ ਬੰਨੇ ਗੋਲ ਗੋਲ ਪਰਨੇ ਦੇ ਉੱਤੇ ਫੇਰ ਬੰਦੇ ਪਰਨੇ ਬੰਨੇ ਆਏ ਜੰਗਲ ਆ ਤੇ ਨਦੀ ਨਹਿਰ ਜੀ ਪਹੁੰਚਣੀ ਵਾਲੇ ਬਸ ਗੁਰਦੁਆਰੇ। ਲਓ ਜੀ ਪਹੁੰਚ ਗਏ ਆਪਾਂ ਕਹਿੰਦੇ ਸੰਗਤ ਸਾਰੀ ਤਿਆਰ ਹੋ ਗਈ ਗੁਰਦੁਆਰੇ ਪਹੁੰਚ ਚੁੱਕੇ ਆਪਾਂ ਤੇ ਉੱਤਰ ਨੂੰ ਫਿਰਦੇ ਸਾਰੇ ਉੱਤਰ ਜਾਣਗੇ ਹੁਣ ਵਧੀਆ ਵਧੀਆ। ਸੋ ਲਓ ਜੀ ਗਾਇਸ ਕਰੋ ਦਰਸ਼ਨ ਗੁਰਦੁਆਰਾ ਚਮਕੌਰ ਸਾਹਿਬ ਦੇ ਅਤੇ ਇੱਧਰਲੀ ਸਾਈਡ ਵੀ ਗੁਰਦੁਆਰੇ ਹੈਗੇ ਨੇ ਆਪਣੇ ਅਤੇ ਗੁਰਦੁਆਰਾ ਦਾ ਵਿਊ ਚੈੱਕ ਕਰੋ ਬੜਾ ਵਧੀਆ ਹੁੰਦਾ ਜੀ ਹਾਂ। ਸੋ ਠੀਕ ਹੈ ਗਾਇਸ ਅਨੰਦਪੁਰ ਜਾਵਾਂਗੇ ਅੱਜ ਅੱਜ ਅਨੰਦਪੁਰ।